ਨਸ਼ਿਆਂ ਦੇ ਸਵਾਲਾਂ ਨੂੰ ਕੁਝ ਵੀ ਦੱਸਿਆ ਗਿਆ ਤੇ ਸਾਡੇ ਸਾਰੇ ਮੈਂ ਜੀਤ ਕੋ ਸੰਧੂ ਪੰਜਾਬ ਦੀ ਮਹਿਲਾ ਮੋਰਚਾ ਵੱਲੋਂ ਅੰਮ੍ਰਿਤਸਰ ਦੀ ਪ੍ਰਭਾਰੀ ਅੱਜ ਦੇ ਦਿਨ ਤੁਸੀਂ ਦੇਖ ਰਹੇ ਹੋ ਕਿ ਅਸੀਂ ਸਾਰੀਆਂ ਭੈਣਾਂ ਨੇ ਪ੍ਰੋਟੈਸਟ ਕੀਤਾ ਇੱਥੇ ਜਿਹੜਾ ਕਿ ਭਗਵੰਤ ਮਾਨ ਸਰਕਾਰ ਫੇਲੀਅਰ ਹੋਈ ਹੈ ਹਰ ਇੱਕ ਵਾਅਦੇ ਤੇ ਫੇਲ ਹੋਈ ਹੈ ਉਹਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਧੰਨਵਾਦ ਪਹਿਲੇ ਨੀਲੇ ਕਾਰਡਾਂ ਨੂੰ ਲੈ ਕੇ ਲੋਕ ਰੋਂਦੇ ਰਹੇ ਇਹਨਾਂ ਦੇ ਨਾਲ ਨੀਲੇ ਕਾਰਡ ਕਟਵਾ ਦਿੱਤੇ ਹੁਣ ਲੋਕ ਸਭਾ ਇਲੈਕਸ਼ਨ ਆਉਣ ਦੇ ਨਾਤੇ ਇਹਨਾਂ ਨੇ ਨੀਲੇ ਕਾਰਡ ਦੀ ਸ਼ੁਰੂਆਤ ਕੀਤੀ ਹੈ ਪਰ ਇਹ ਵੀ ਨਹੀਂ ਪਤਾ ਕਿ ਇਹ ਸਿਰਫ ਇਲੈਕਸ਼ਨ ਤੱਕ ਹੈ ਕਿ ਬਾਅਦ ਚੋਂ ਤੱਕ ਹੈ ਇਸ ਤੇ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ ਤੇ ਅੱਜ ਅਸੀਂ 1000 ਰੁਪਇਆ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਉਹ 1000 ਰੁਪਇਆ ਅਜੇ ਤੱਕ ਕਿਸੇ ਦੇ ਅਕਾਊਂਟ ਵਿੱਚ ਪਿਆ ਨਹੀਂ ਹੈ ਬਲਕਿ ਬਹੁਤ ਕੁਝ ਇਦਾਂ ਦੀਆਂ ਗੱਲਾਂ ਸਾਹਮਣੇ ਆਈਆਂ ਜੋ ਕਿ ਨਹੀਂ ਆਉਣੀਆਂ ਚਾਹੀਦੀਆਂ ਸੀ 26 ਜਨਵਰੀ ਨੂੰ ਵੀ ਇਹਨਾਂ ਨੇ ਆਪਣਾ ਬਿਆਨ ਦੇ ਕੇ ਸਪੀਚ ਦੇ ਕੇ ਬਹੁਤ ਗਲਤ ਮੈਸੇਜ ਦਿੱਤਾ ਹੈ ਕਿ ਅਗਰ ਕੋਈ ਗਰਭਵਤੀ ਮਹਿਲਾ ਦਾ ਮੈਂ ਮੇਰੀ ਵਾਈਫ ਜਿਹੜੀ ਹੈ ਗਰਭਵਤੀ ਹੋਈ ਹੈ 7 ਮਹੀਨੇ ਦੀ ਮੈਂ ਉਹਦਾ ਟੈਸਟ ਨਹੀਂ ਕਰਵਾਇਆ ਭਗਵੰਤ ਮਾਨ ਜੀ ਕੌਣ ਟੈਸਟ ਕਰਵਾਉਂਦਾ ਹੈ ਸਾਡੇ ਦੇਸ਼ ਵਿੱਚ ਟੈਸਟ ਕਰਵਾਉਣਾ ਕਾਨੂੰਨ ਅਪਰਾਧ ਹੈ ਇੰਨਾ ਹੀ ਤੁਹਾਨੂੰ ਨਹੀਂ ਪਤਾ ਤੇ ਤੁਹਾਨੂੰ ਹੋਰ ਕੀ ਪਤਾ ਤੁਹਾਨੂੰ ਸਿਰਫ ਇੰਨਾ ਪਤਾ ਕਿ ਪੈਸੇ ਲਵੋ ਲੋਨ ਲਵੋ ਸੈਂਟਰ ਗਵਰਨਮੈਂਟ ਤੋਂ ਪੈਸੇ ਚੱਕੋ ਤੇ ਆਪਣੇ ਸਾਰੇ ਵਿਗਿਆਪਨਾਂ ਤੇ ਲਾਓ ਤੇ ਆਪਣੇ ਮੁੱਢਲੀ ਖਰਚੇ ਪੂਰੇ ਕਰੋ ਇਸ ਤੋਂ ਇਲਾਵਾ ਤੁਸੀਂ ਜਨਤਾ ਵਾਸਤੇ ਕੁਝ ਨਹੀਂ ਕਰ ਸਕਦੇ ਇੰਡਸਟਰੀ ਅੰਮ੍ਰਿਤਸਰ ਤੋਂ ਬਾਹਰ ਜਾਂਦੀ ਜਾ ਰਹੀ ਹੈ ਲੋਕ ਡਰ ਨਾਲ ਇੰਡਸਟਰੀ ਇਸੇ ਕਰਕੇ ਬਾਹਰ ਜਾ ਰਹੀ ਹੈ ਜਦੋਂ ਭਗਵੰਤ ਮਾਨ ਜੀ ਦਾ ਧਿਆਨ ਪੰਜਾਬ ਵਿੱਚ ਨਾ ਹੋ ਕੇ ਕੇਜਰੀਵਾਲ ਦੇ ਨਾਲ ਹੋਰ ਸਟੇਟਾਂ ਜਾ ਕੇ ਆਪਣਾ ਪ੍ਰਸਾਰ ਕਰਦੇ ਨੇ ਜਿਹੜਾ ਪੰਜਾਬ ਦਾ ਪੈਸਾ ਹੈ ਉਹ ਸਾਰਾ ਹੋਰ ਪਾਸੇ ਵਿਗਿਆਪਨਾਂ ਤੇ ਲਾਇਆ ਜਾਂਦਾ ਹੈ ਕੇਜਰੀਵਾਲ ਦੇ ਨਾਲ ਜਾ ਜਾ ਕੇ ਅੱਜ ਕੇਜਰੀਵਾਲ ਦੀ ਹਾਲਾਤ ਕੀ ਬਣੇ ਹੋਏ ਨੇ ਉਹਨਾਂ ਕੋਲ ਪੈਸਾ ਨਹੀਂ ਹੈ ਕਿਉਂਕਿ ਉਹ ਬਹੁਤ ਸਾਰੇ ਘੁਟਾਲਿਆਂ 'ਚ ਫਸ ਚੁੱਕੇ ਨੇ ਖਾਸ ਕਰਕੇ ਸ਼ਰਾਬ ਘੁਟਾਲੇ 'ਚ ਤੁਸੀਂ ਦੇਖਦੇ ਹੀ ਹੋ ਆਮ ਆਦਮੀ ਪਾਰਟੀ ਦਾ ਨਾਮ ਆਉਂਦਾ ਹੈ ਇੱਕ ਜਦੋਂ ਪੰਜਾਬ ਅਵੀ ਦਾ ਨਾਮ ਆਵੇ ਤੇ ਪੰਜਾਬ ਦਾ ਸਾਰਾ ਪੈਸਾ ਹੋਰ ਸਟੇਟਾਂ ਵਿੱਚ ਲੱਗੀ ਜਾ ਰਿਹਾ ਹੈ ਤੇ ਪੰਜਾਬ ਵਾਸਤੇ ਕੁਝ ਵੀ ਨਹੀਂ ਹੈ ਇਸੇ ਕਰਕੇ ਜਦ ਪੰਜਾਬ ਵਿੱਚ ਕੋਈ ਰੋਜ਼ਗਾਰ ਹੀ ਨਹੀਂ ਹੋਏਗਾ ਕਾਰੋਬਾਰ ਹੀ ਨਹੀਂ ਹੋਏਗਾ ਤੇ ਇੰਡਸਟਰੀ ਹੋਰ ਪਾਸੇ ਜਾਣਗੀਆਂ ਆਪਣੇ ਆਉਣ ਵਾਲੇ ਬੱਚੇ ਦਾ ਵੈਲਕਮ ਧੰਨਵਾਦ